ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਮੁੰਬਈ ਦੇ ਵਿੱਚ ਭਿਆਨਕ ਹਨੇਰੀ ਤੂਫਾਨ ਆਇਆ ਹੈ ਜਿਸ ਕਰਕੇ ਵੱਡੀ ਤਬਾਹੀ ਹੋਈ ਹੈ। ਕਈ ਥਾਵਾਂ ਉੱਤੇ ਇਮਾਰਤਾਂ ਨੇ ਜਿਹੜੀਆਂ ਉਹ ਨੁਕਸਾਨੀਆਂ ਗਈਆਂ ਨੇ ਅਤੇ ਇੱਕ ਵੱਡਾ ਹੋਲਡਿੰਗ ਆ ਜਿਹੜਾ ਉਹ ਵੀ ਡਿੱਗ ਗਿਆ ਹੈ। ਜਾਣਕਾਰੀ ਮੁਤਾਬਕ ਹੋਲਡਿੰਗ ਦੀ ਉੱਚਾਈ ਆ ਜਿਹੜੀ ਉਹ 100 ਫੁੱਟ ਦੱਸੀ ਜਾ ਰਹੀ ਹੈ, ਜਿਹੜਾ ਹਨੇਰੀ ਦੇ ਕਰਕੇ ਸਿੱਧਾ ਇੱਕ ਪੈਟਰੋਲ ਪੰਪ ਉੱਤੇ ਡਿੱਗ ਜਾਂਦਾ ਹੈ। ਤਾਂ ਇਸ ਘਟਨਾ ਦੇ ਵਿੱਚ 14 ਵਿਅਕਤੀਆਂ ਦੀ ਮੌਤ ਹੋਈ ਹੈ, ਜਦਕਿ 74 ਵਿਅਕਤੀ ਨੇ ਜਿਹੜੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਅਤੇ ਪ੍ਰਸ਼ਾਸਨ ਦੇ ਵੱਲੋਂ 78 ਵਿਅਕਤੀਆਂ ਨੂੰ ਇਸ ਹਾਦਸੇ ਦੇ ਵਿੱਚ ਰੈਸਕਿਊ ਕੀਤਾ ਗਿਆ ਹੈ। ਤਾਂ ਵੱਡੀ ਤਬਾਹੀ ਮੁੰਬਈ ਦੇ ਵਿੱਚ ਭਿਆਨਕ ਹਨੇਰੀ ਤੂਫਾਨ ਦੇ ਨਾਲ ਆਈ ਹੈ। ਜੇ ਗੱਲ ਕੀਤੀ ਜਾਵੇ ਮੁੰਬਈ ਏਅਰਪੋਰਟ ਦੀ ਤਾਂ ਕਈ ਉਡਾਨਾਂ ਨੇ ਜਿਹੜੀਆਂ ਉਹ ਵੀ ਪ੍ਰਭਾਵਿਤ ਹੋਈਆਂ ਨੇ, ਦੂਜੇ ਪਾਸੇ ਕਈ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਕਈ ਉਡਾਨਾਂ ਨੂੰ ਡਿਵਰਟ ਕੀਤਾ ਗਿਆ ਹੈ। ਬਹੁਤ ਸਾਰੀਆਂ ਉਡਾਨਾਂ ਦਾ ਸਮਾਂ ਵੀ ਬਦਲਿਆ ਗਿਆ ਹੈ ਅਤੇ ਮੈਟਰੋ ਦੇ ਰੁਕਣ ਦੀ ਵੀ ਖਬਰ ਆ ਜਿਹੜੀ ਉਹ ਸਾਹਮਣੇ ਆਈ ਹੈ। ਤਾਂ ਮੁੰਬਈ ਦੇ ਲੋਕਾਂ ਦੇ ਵੱਲੋਂ ਭਿਆਨਕ ਕੁਦਰਤੀ ਆਫ਼ਤ ਦਾ ਸਾਹਮਣਾ ਕੀਤਾ ਗਿਆ। ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬਿਜਲੀ ਆ ਜਿਹੜੀ ਉਹ ਵੀ ਗੁੱਲ ਹੋ ਜਾਂਦੀ ਹੈ, ਜਿਸ ਕਰਕੇ ਲੋਕਾਂ ਦੀਆਂ ਪਰੇਸ਼ਾਨੀਆਂ ਹੋਰ ਜ਼ਿਆਦਾ ਵੱਧ ਜਾਂਦੀਆਂ ਨੇ। ਤਾਂ ਹੋਲਡਿੰਗ ਡਿੱਗਣ ਦੀ ਘਟਨਾ ਉੱਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਵੱਲੋਂ ਵੀ ਦੁੱਖ ਜ਼ਾਹਿਰ ਕੀਤਾ ਗਿਆ ਹੈ। ਉਹਨਾਂ ਨੇ ਐਕਸ ਉੱਤੇ ਇੱਕ ਟਵੀਟ ਸਾਂਝਾ ਕਰਦੇ ਹੋਏ ਇਸ ਘਟਨਾ 'ਤੇ ਦੁੱਖ ਜ਼ਾਹਿਰ ਕੀਤਾ ਹੈ। ਤਾਂ ਵੱਡੀ ਤਬਾਹੀ ਆ ਜਿਹੜੀ ਉਹ ਮਹਾਰਾਸ਼ਟਰ ਦੇ ਵਿੱਚ ਹੋਈ ਹੈ। ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਮੁੰਬਈ ਦੇ ਵਿੱਚ ਭਿਆਨਕ ਹਨੇਰੀ ਤੂਫਾਨ ਆਇਆ ਹੈ ਜਿਸ ਕਰਕੇ ਵੱਡੀ ਤਬਾਹੀ ਹੋਈ ਹੈ। ਕਈ ਥਾਵਾਂ ਉੱਤੇ ਇਮਾਰਤਾਂ ਨੇ ਜਿਹੜੀਆਂ ਉਹ ਨੁਕਸਾਨੀਆਂ ਗਈਆਂ ਨੇ ਅਤੇ ਇੱਕ ਵੱਡਾ ਹੋਲਡਿੰਗ ਆ ਜਿਹੜਾ ਉਹ ਵੀ ਡਿੱਗ ਗਿਆ ਹੈ। ਜਾਣਕਾਰੀ ਮੁਤਾਬਕ ਹੋਲਡਿੰਗ ਦੀ ਉੱਚਾਈ ਆ ਜਿਹੜੀ ਉਹ 100 ਫੁੱਟ ਦੱਸੀ ਜਾ ਰਹੀ ਹੈ, ਜਿਹੜਾ ਹਨੇਰੀ ਦੇ ਕਰਕੇ ਸਿੱਧਾ ਇੱਕ ਪੈਟਰੋਲ ਪੰਪ ਉੱਤੇ ਡਿੱਗ ਜਾਂਦਾ ਹੈ। ਤਾਂ ਇਸ ਘਟਨਾ ਦੇ ਵਿੱਚ 14 ਵਿਅਕਤੀਆਂ ਦੀ ਮੌਤ ਹੋਈ ਹੈ, ਜਦਕਿ 74 ਵਿਅਕਤੀ ਨੇ ਜਿਹੜੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਅਤੇ ਪ੍ਰਸ਼ਾਸਨ ਦੇ ਵੱਲੋਂ 78 ਵਿਅਕਤੀਆਂ ਨੂੰ ਇਸ ਹਾਦਸੇ ਦੇ ਵਿੱਚ ਰੈਸਕਿਊ ਕੀਤਾ ਗਿਆ ਹੈ। ਤਾਂ ਵੱਡੀ ਤਬਾਹੀ ਮੁੰਬਈ ਦੇ ਵਿੱਚ ਭਿਆਨਕ ਹਨੇਰੀ ਤੂਫਾਨ ਦੇ ਨਾਲ ਆਈ ਹੈ। ਜੇ ਗੱਲ ਕੀਤੀ ਜਾਵੇ ਮੁੰਬਈ ਏਅਰਪੋਰਟ ਦੀ ਤਾਂ ਕਈ ਉਡਾਨਾਂ ਨੇ ਜਿਹੜੀਆਂ ਉਹ ਵੀ ਪ੍ਰਭਾਵਿਤ ਹੋਈਆਂ ਨੇ, ਦੂਜੇ ਪਾਸੇ ਕਈ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਕਈ ਉਡਾਨਾਂ ਨੂੰ ਡਿਵਰਟ ਕੀਤਾ ਗਿਆ ਹੈ। ਬਹੁਤ ਸਾਰੀਆਂ ਉਡਾਨਾਂ ਦਾ ਸਮਾਂ ਵੀ ਬਦਲਿਆ ਗਿਆ ਹੈ ਅਤੇ ਮੈਟਰੋ ਦੇ ਰੁਕਣ ਦੀ ਵੀ ਖਬਰ ਆ ਜਿਹੜੀ ਉਹ ਸਾਹਮਣੇ ਆਈ ਹੈ। ਤਾਂ ਮੁੰਬਈ ਦੇ ਲੋਕਾਂ ਦੇ ਵੱਲੋਂ ਭਿਆਨਕ ਕੁਦਰਤੀ ਆਫ਼ਤ ਦਾ ਸਾਹਮਣਾ ਕੀਤਾ ਗਿਆ। ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬਿਜਲੀ ਆ ਜਿਹੜੀ ਉਹ ਵੀ ਗੁੱਲ ਹੋ ਜਾਂਦੀ ਹੈ, ਜਿਸ ਕਰਕੇ ਲੋਕਾਂ ਦੀਆਂ ਪਰੇਸ਼ਾਨੀਆਂ ਹੋਰ ਜ਼ਿਆਦਾ ਵੱਧ ਜਾਂਦੀਆਂ ਨੇ। ਤਾਂ ਹੋਲਡਿੰਗ ਡਿੱਗਣ ਦੀ ਘਟਨਾ ਉੱਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਵੱਲੋਂ ਵੀ ਦੁੱਖ ਜ਼ਾਹਿਰ ਕੀਤਾ ਗਿਆ ਹੈ। ਉਹਨਾਂ ਨੇ ਐਕਸ ਉੱਤੇ ਇੱਕ ਟਵੀਟ ਸਾਂਝਾ ਕਰਦੇ ਹੋਏ ਇਸ ਘਟਨਾ 'ਤੇ ਦੁੱਖ ਜ਼ਾਹਿਰ ਕੀਤਾ ਹੈ। ਤਾਂ ਵੱਡੀ ਤਬਾਹੀ ਆ ਜਿਹੜੀ ਉਹ ਮਹਾਰਾਸ਼ਟਰ ਦੇ ਵਿੱਚ ਹੋਈ ਹੈ।